ਭਾਜੀ ਕਨਫਰਮ ਅੰਦਰ ਬੈਠਾ ਕਮਰੇ ਦੇ ਅੰਦਰ ਬੈਠਾ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਗਲੀ ਚੋਂ ਲੰਘਦੇ ਹੋਏ ਕੁੱਲੜ ਪੀਜ਼ਾ ਬੋਲ ਕੇ ਗੰਦੀ ਟੋਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਦੋਂ ਹੱਥੀ ਵੱਖੀ ਹੋਏ ਮੇਰੇ ਨਾਲ ਹਾਂਜੀ ਹਰੀ ਸ਼ਰਟ ਵਾਲਾ ਦੂਜਾ ਮੈਂ ਨੀ ਜਾਣਦਾ ਮੁੰਡਾ ਕੌਣ ਮੈਂ ਕਦੇ ਫਸਟ ਟਾਈਮ ਵੇਖਿਆ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੌਣ ਹੈ ਜੀ ਜਿਹੜੇ ਤੁਹਾਨੂੰ ਅਭਿਆਸ ਕਰ ਰਹੇ ਸੀ ਭਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਭਾਜੀ ਮੈਨੂੰ ਨਹੀਂ ਪਤਾ ਕੌਣ ਹੈ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਭਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਗੱਲ ਨਹੀਂ ਇਦਾਂ ਦੀ ਹੋਈ ਨਹੀਂ ਘਟਨਾ ਦੱਸੋ ਕਿ ਹੋਈ ਜਿਹੜੀ ਐਲੀਗੇਸ਼ਨ ਲਗਾ ਰਹੇ ਕਿ ਗਲਤ ਬੋਲਿਆ ਜਾਂ ਕੁਝ ਵੀ ਛੋਟਾ ਭਰਾ ਆਪਣਾ ਅੱਛਾ ਜੀ ਮਹੱਲੇ ਦਾ ਹੀ ਹੈ ਜੀ ਉਹ ਨਹੀਂ ਇਸ ਮਹੱਲੇ ਦਾ ਨਹੀਂ ਸਰ ਓਕੇ ਗੱਲ ਕਰਨਾ ਇੱਕ ਮਿੰਟ ਉਹ ਫਰੈਂਡ ਰਹਿੰਦਾ ਇਸ ਮਹੱਲੇ ਠੀਕ ਹੈ ਆਇਓ ਭਾਈ ਆਇਓ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿ ਦਿੱਤਾ ਜੀ ਤੂੰ ਟੀਚਰ ਕੀਤੀ ਹੈ ਪਰ 19 ਸਾਲਾਂ ਦਾ ਬੱਚਾ ਕੋਈ ਐਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ਧੱਕਾ ਮਾਰਿਆ ਗਲਵੇ ਫੜਿਆ ਫਿਰ ਬੱਚਾ ਵੀ ਅੱਗੋਂ ਹੱਥ ਪਾਈ ਹੋ ਗਿਆ ਇਹਨਾਂ ਨੇ ਫੜਿਆ ਇਹਨਾਂ ਨੇ ਨਹੀਂ ਦੇਖੋ ਬੱਚਾ ਚੰਗੇ ਪਰਿਵਾਰ ਤੋਂ ਆ ਪਰ ਇੱਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਮਗਰ ਗਲਤ ਹੋਇਆ ਜੋ ਵੀ ਹੋਇਆ ਆਪਾਂ ਕਿੰਨੇ ਕੁ ਵਜੇ ਦੀ ਘਟਨਾ ਭਾਜੀ ਬ੍ਰਦਰ 19 ਸਾਲਾਂ ਦਾ ਬੱਚਾ ਹੈ ਤੁਸੀਂ 28 ਸਾਲ ਲਓ ਤੁਹਾਡੀ ਵੀ ਉਮਰ ਹੈਗੀ ਆ ਨਹੀਂ ਘਟਦਾ ਕਿੰਨੇ ਕੁ ਵਜੇ ਦਾ ਬੱਚਾ ਕੋਈ ਇਦਾਂ ਦੇ ਕੰਮ ਕਰਦਾ ਕਿੰਨੇ ਕੁ ਵਜੇ ਝਗੜਾ ਹੋਇਆ ਜਿਹੜਾ ਜਾਂ ਕੁਝ ਪਤਾ ਨਹੀਂ ਪਤਾ ਸਾਨੂੰ ਫੋਨ ਆਇਆ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋਲ ਫੁਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋਲ ਫੁਟੇਜ ਨਹੀਂ ਪੁਲਿਸ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਜੋ ਨਹੀਂ ਉਹਨਾਂ ਵੱਲੋਂ ਬੁਲਾਈ ਅੱਛਾ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰੰਜਿਸ਼ ਨਹੀਂ ਹੈ ਵੀਰ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਅੱਛਾ ਜੀ ਸਿਰਫ ਆਪਾਂ ਦੇ ਇੱਕ ਵਿੱਚ ਆਏ ਆ ਕਿ ਗੱਲ ਨਾ ਵਧੇ ਚਲੋ ਮਹੱਲੇ ਲੜਾਈ ਹੈ ਨਾ ਚਲੋ ਹਾਂਜੀ ਗਲੀ ਚੋਂ ਲੰਘਦੇ ਹੋਏ ਕੁੱਲੜ ਪੀਜ਼ਾ ਬੋਲ ਕੇ ਗੰਦੀ ਟੋਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਦੋਂ ਹੱਥੀ ਵੱਖੀ ਹੋਏ ਮੇਰੇ ਨਾਲ ਕਿੱਦਾਂ ਵਾਲਾ ਟੋਂਚ ਮਾਰੀ ਹਾਂਜੀ ਕਿੰਨਾ ਵਾਲਾ ਟੋਂਚ ਵਜੀ ਕੀਤੀ ਇਹ ਸੀਗਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੋਰ ਮੈਂ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਵੇਖਿਆ ਇਹਨੂੰ ਅੱਛਾ ਤੁਹਾਡੀ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੌਣ ਹੈ ਜੀ ਜਿਹੜੇ ਤੁਹਾਨੂੰ ਅਭਿਆਸ ਕਰ ਰਹੇ ਸੀ ਭਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਭਾਜੀ ਮੈਨੂੰ ਨਹੀਂ ਪਤਾ ਕੌਣ ਹੈ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਭਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਗੱਲ ਨਹੀਂ ਇਦਾਂ ਦੀ ਹੋਈ ਨਹੀਂ ਘਟਨਾ ਦੱਸੋ ਕਿ ਹੋਈ ਜਿਹੜੀ ਐਲੀਗੇਸ਼ਨ ਲਗਾ ਰਹੇ ਕਿ ਗਲਤ ਬੋਲਿਆ ਜਾਂ ਕੁਝ ਵੀ ਛੋਟਾ ਭਰਾ ਆਪਣਾ ਅੱਛਾ ਜੀ ਮਹੱਲੇ ਦਾ ਹੀ ਹੈ ਜੀ ਉਹ ਨਹੀਂ ਇਸ ਮਹੱਲੇ ਦਾ ਨਹੀਂ ਸਰ ਓਕੇ ਗੱਲ ਕਰਨਾ ਇੱਕ ਮਿੰਟ ਉਹ ਫਰੈਂਡ ਰਹਿੰਦਾ ਇਸ ਮਹੱਲੇ ਠੀਕ ਹੈ ਆਇਓ ਭਾਈ ਆਇਓ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟੀਚਰ ਕੀਤੀ ਹੈ ਪਰ 19 ਸਾਲਾਂ ਦਾ ਬੱਚਾ ਕੋਈ ਐਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ਧੱਕਾ ਮਾਰਿਆ ਗਲਵੇ ਫੜਿਆ ਫਿਰ ਬੱਚਾ ਵੀ ਅੱਗੋਂ ਹੱਥ ਪਾਈ ਹੋ ਗਿਆ ਇਹਨਾਂ ਨੇ ਫੜਿਆ ਇਹਨਾਂ ਨੇ ਨਹੀਂ ਦੇਖੋ ਬੱਚਾ ਚੰਗੇ ਪਰਿਵਾਰ ਤੋਂ ਆ ਪਰ ਇੱਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਮਗਰ ਗਲਤ ਹੋਇਆ ਜੋ ਵੀ ਹੋਇਆ ਆਪਾਂ ਕਿੰਨੇ ਕੁ ਵਜੇ ਦੀ ਘਟਨਾ ਭਾਜੀ ਬ੍ਰਦਰ 19 ਸਾਲਾਂ ਦਾ ਬੱਚਾ ਹੈ ਤੁਸੀਂ 28 ਸਾਲ ਲਓ ਤੁਹਾਡੀ ਵੀ ਉਮਰ ਹੈਗੀ ਆ ਨਹੀਂ ਘਟਦਾ ਕਿੰਨੇ ਵਜੇ ਦਾ ਬੱਚਾ ਕੋਈ ਇਦਾਂ ਦੇ ਕੰਮ ਕਰਦਾ ਝਗੜਾ ਹੋਇਆ ਜਿਹੜਾ ਜਾਂ ਕੁਝ ਪਤਾ ਨਹੀਂ ਸਾਨੂੰ ਫੋਨ ਆਇਆ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋਲ ਫੁਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋਲ ਫੁਟੇਜ ਨਹੀਂ ਪੁਲਿਸ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਜੋ ਨਹੀਂ ਉਹਨਾਂ ਵੱਲੋਂ ਬੁਲਾਈ ਅੱਛਾ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਰੰਜਿਸ਼ ਨਹੀਂ ਹੈ ਵੀਰ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਅੱਛਾ ਜੀ ਸਿਰਫ ਆਪਾਂ ਦੇ ਇੱਕ ਵਿੱਚ ਆਏ ਆ ਕਿ ਗੱਲ ਨਾ ਵਧੇ ਚਲੋ ਮਹੱਲੇ ਲੜਾਈ ਹੈ ਨਾ ਚਲੋ ਹਾਂਜੀ